ਸਰ ਐਸ ਪੀ ਸਾਹਿਬ ਇੱਕ ਛੋਟੀ ਜਿਹੀ ਸਵਾਲ ਇਹਦੇ ਵਿੱਚ ਹੈ ਕਿ ਪੂਰਾ ਆਪਰੇਸ਼ਨ ਦੇ ਬਾਰੇ ਜਿੱਦਾਂ ਤੁਸੀਂ ਜਾਣਕਾਰੀ ਦਿੱਤੀ ਇਹ ਕਾਫੀ ਹੀਨੀਅਸ ਕ੍ਰਾਈਮ 'ਚ ਇਨਵੋਲਵ ਸੀਗੇ ਹੁਣ ਤੱਕ ਦੀ ਜਾਣਕਾਰੀ ਜਿਹੜੀ ਹੈ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੀ ਆਇਆ ਇਹਨਾਂ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਤਾਂ ਇਹੀ ਹੈ ਜੀ ਹਜੇ ਕਿ ਇਹ ਕਾਫੀ ਇੰਸੀਡੈਂਸਿਸ ਕਰ ਰਹੇ ਸੀ ਤੇ ਨਵਾਂ ਇਹ ਗਰੁੱਪ ਜਿਹੜਾ ਸੀਗਾ ਉੱਠਿਆ ਸੀਗਾ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਇਹ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਬਿਲਕੁਲ ਸਖਤ ਦਿਸ਼ਾ ਨਿਰਦੇਸ਼ ਹਨ ਇਸ ਚੀਜ਼ ਦੇ ਰਿਗਾਰਡਿੰਗ ਕਿ ਇਸ ਕਿਸਮ ਦੇ ਮਾੜੇ ਅਨਸਰ ਜਿਹੜੇ ਹੈਗੇ ਹੈ ਉਹ ਬਿਲਕੁਲ ਵੀ ਟੋਲਰੇਟ ਨਹੀਂ ਕੀਤੇ ਜਾਣਗੇ ਤੇ ਉਹਨਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਇਸੇ ਤਰ੍ਹਾਂ ਹੀ ਜਾਰੀ ਰੱਖੇਗੀ ਸਾਹਿਬ ਇਹ ਕਿੰਨੀ ਏਜ ਦੇ ਨੇ ਪ੍ਰਿੰਸ ਤੇ ਕਰਮਜੀਤ ਤੇ ਇਹਨਾਂ ਦਾ ਕ੍ਰਿਮੀਨਲ ਥੋੜਾ ਜਿਹਾ ਬੈਕਗ੍ਰਾਉਂਡ ਬਾਰੇ ਥੋੜੀ ਜਾਣਕਾਰੀ ਕਰੀਬ 25 ਦੇ ਸਾਲ ਇਹਨਾਂ ਦੀ ਏਜ ਹੈਗੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਅਜੇ ਅਸੀਂ ਡਿਟੇਲ ਚੈੱਕ ਕਰਾਂਗੇ ਪਰ 7-8 ਮਾਮਲੇ ਤਾਂ ਸਾਨੂੰ ਕਲੀਅਰ ਸਾਹਮਣੇ ਆਈ ਰਹੇ ਨੇ ਪ੍ਰੀਲਿਮਨਰੀ ਪੁੱਛਗਿੱਛ ਹੋਰ ਵੀ ਮਾਮਲੇ ਸਾਹਮਣੇ ਆ ਗਏ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਹੋਰ ਆਇਆ ਹੋਰ ਵੀ ਗੈਂਗ ਦੇ ਸਾਥੀ ਇਹਨਾਂ ਦੇ ਨਾਲ ਇਨਵੋਲਵ ਨੇ ਸਰ ਨਹੀਂ ਇਹ ਤਾਂ ਹੁਣ ਹਾਂਜੀ ਕੁਝ ਹੋਰ ਬੰਦੇ ਇਹਨਾਂ ਦੇ ਆਈਡੈਂਟੀਫਾਈ ਹੋਏ ਹਨ ਉਹਨਾਂ ਤੇ ਸਾਡੀਆਂ ਰੇਡਸ ਇਮੀਡੀਏਟਲੀ ਪਾਰਟੀ ਸਾਡੀਆਂ ਮੂਵ ਹੋ ਗਈਆਂ ਤੇ ਪਰ ਇਹ ਮੇਨ ਜਿਹੜੇ ਬੰਦੇ ਸੀਗੇ ਇਹੀ ਸੀ ਬਾਕੀ ਸਾਰੇ ਇਹਨਾਂ ਦੇ ਸਾਥੀ ਸਨ ਪਰ ਜਿਹੜੇ ਜਿਹੜੇ ਵੀ ਬੰਦੇ ਇਹਨਾਂ ਨਾਲ ਇਨਵੋਲਵ ਸੀ ਸਾਰਿਆਂ ਦੇ ਖਿਲਾਫ਼ ਕਾਰਵਾਈ ਕੀਤੀ ਠੀਕ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਹੋ ਰਿਹਾ ਕਿਹੜੀ ਗੱਡੀਆਂ ਕਿੱਥੇ ਲੁਕਾਉਂਦੇ ਸੀਗੇ ਕੁਝ ਇਸ ਤਰ੍ਹਾਂ ਦਾ ਨਹੀਂ ਇਹ ਤਾਂ ਸਾਰੀ ਹੁਣ ਡਿਟੇਲ 'ਚ ਪੁੱਛਗਿੱਛ ਚੀਜ਼ ਸਾਹਮਣੇ ਆਏਗੀ ਕਿਉਂਕਿ ਤੁਹਾਨੂੰ ਦੇਖ ਸਕਦੇ ਹੋ ਕਿ ਹੁਣੇ ਥੋੜੀ ਦੇਰ ਪਹਿਲਾਂ ਹੀ ਇੰਸੀਡੈਂਟ ਹੋਇਆ ਇਹ ਸਾਰੀ ਡਿਟੇਲ 'ਚ ਪੁੱਛਗਿੱਛ ਕੀਤੀ ਜਾਏਗੀ ਤੇ ਅੱਗੇ ਇਨਵੈਸਟੀਗੇਸ਼ਨ ਕਿਉਂਕਿ ਇਹ ਪੂਰਾ ਖਾਲੀ ਏਰੀਆ ਹੈ ਪਹਿਲਾਂ ਵੀ ਦੇਖਿਆ ਗਿਆ ਤੁਸੀਂ ਲਗਾਤਾਰ ਜਿਹੜੀ ਹੈਗੀ ਉਹ ਗ੍ਰਿਫਤਾਰੀ ਕੀਤੀ ਹੈ ਇਸੀ ਤਰ੍ਹਾਂ ਦੇ ਏਰੀਆ ਨੂੰ ਇਹ ਨਿਸ਼ਾਨਾ ਬਣਾਉਂਦੇ ਆ ਖਾਲੀ ਏਰੀਆ ਕਿਉਂਕਿ ਇਹ ਜਿਹੜੀ ਸਵਿਫਟ ਡਿਜ਼ਾਇਰ ਹੈ ਇਹ 28 ਨਵੰਬਰ ਨੂੰ ਸਨੈਚ ਕੀਤੀ ਸੀ ਗਨ ਪੁਆਇੰਟ ਤੇ ਇਹ ਉਹੀ ਹੈ ਲਾਂਡਰਾ ਰੋਡ ਤੇ ਇਸੇ ਥਾਂ ਤੇ ਬਿਲਕੁਲ ਤੇ ਸਰ ਇਹੀ ਥਾਂ ਤੇ ਕੋਈ ਪੈਟਰੋਲਿੰਗ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਨੂੰ ਲੈ ਕੇ ਲਗਾਤਾਰ ਨਹੀਂ ਰੈਗੂਲਰ ਜੀ ਬਿਲਕੁਲ ਸਾਡੀ ਜਿਹੜੀ ਪੈਟਰੋਲਿੰਗ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੇ ਤਾਂ ਸੁਨਸਾਨ ਏਰੀਆ ਹੈ ਉਹ ਵੀ ਜਿਹੜੇ ਹੈਗੇ ਕ੍ਰਿਮੀਨਲਸ ਦਾ ਗੜ ਬਣ ਜਾਂਦੇ ਹਨ ਤੇ ਪਲੱਸ ਜਿਹੜੇ ਕੰਜੈਸਟਿਡ ਏਰੀਆਜ਼ ਹੈਗੇ ਆ ਉਹ ਵੀ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਗੜ ਬਣ ਜਾਂਦੇ ਨੇ ਕਿਉਂਕਿ ਅਨੋਨਿਮਿਟੀ ਪ੍ਰੋਵਾਈਡ ਕਰਦੇ ਹਨ ਤੇ ਅਸੀਂ ਪਿਛਲੇ 1-1.5 ਸਾਲ 'ਚ ਬੜੀ ਮਿਹਨਤ ਨਾਲ ਕਾਫੀ ਜਿਹੜੇ ਇੱਥੇ ਸੋਰਸਿਸ ਵੀ ਬਣਾਏ ਨੇ ਤੇ ਲੋਕਾਂ ਨੂੰ ਵੀ ਬੜਾ ਮੋਟੀਵੇਟ ਕੀਤਾ ਤੇ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਤੇ ਜਿਹੜਾ ਸਾਨੂੰ ਰੈਗੂਲਰ ਇੱਥੋਂ ਪਬਲਿਕ ਦਾ ਵੀ ਸਾਥ ਮਿਲਦਾ ਰਹਿੰਦਾ ਹੈ ਸਰ ਐਸ ਪੀ ਸਾਹਿਬ ਇੱਕ ਛੋਟੀ ਜਿਹੀ ਸਵਾਲ ਇਹਦੇ ਵਿੱਚ ਹੈ ਕਿ ਪੂਰਾ ਆਪਰੇਸ਼ਨ ਦੇ ਬਾਰੇ ਜਿੱਦਾਂ ਤੁਸੀਂ ਜਾਣਕਾਰੀ ਦਿੱਤੀ ਇਹ ਕਾਫੀ ਹੀਨੀਅਸ ਕ੍ਰਾਈਮ 'ਚ ਇਨਵੋਲਵ ਸੀਗੇ ਹੁਣ ਤੱਕ ਦੀ ਜਾਣਕਾਰੀ ਜਿਹੜੀ ਹੈ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੀ ਆਇਆ ਇਹਨਾਂ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਤਾਂ ਇਹੀ ਹੈ ਜੀ ਹਜੇ ਕਿ ਇਹ ਕਾਫੀ ਇੰਸੀਡੈਂਸਿਸ ਕਰ ਰਹੇ ਸੀ ਤੇ ਨਵਾਂ ਇਹ ਗਰੁੱਪ ਜਿਹੜਾ ਸੀਗਾ ਉੱਠਿਆ ਸੀਗਾ ਤੇ ਮੈਂ ਬਲਕਿ ਤੁਹਾਡੇ ਮਾਧਿਅਮ ਤੋਂ ਇਹ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਬਿਲਕੁਲ ਸਖਤ ਦਿਸ਼ਾ ਨਿਰਦੇਸ਼ ਹਨ ਇਸ ਚੀਜ਼ ਦੇ ਰਿਗਾਰਡਿੰਗ ਕਿ ਇਸ ਕਿਸਮ ਦੇ ਮਾੜੇ ਅਨਸਰ ਜਿਹੜੇ ਹੈਗੇ ਹੈ ਉਹ ਬਿਲਕੁਲ ਵੀ ਟੋਲਰੇਟ ਨਹੀਂ ਕੀਤੇ ਜਾਣਗੇ ਤੇ ਉਹਨਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਇਸੇ ਤਰ੍ਹਾਂ ਹੀ ਜਾਰੀ ਰੱਖੇਗੀ ਸਾਹਿਬ ਇਹ ਕਿੰਨੀ ਏਜ ਦੇ ਨੇ ਪ੍ਰਿੰਸ ਤੇ ਕਰਮਜੀਤ ਤੇ ਇਹਨਾਂ ਦਾ ਕ੍ਰਿਮੀਨਲ ਥੋੜਾ ਜਿਹਾ ਬੈਕਗ੍ਰਾਉਂਡ ਬਾਰੇ ਥੋੜੀ ਜਾਣਕਾਰੀ ਕਰੀਬ 25 ਦੇ ਸਾਲ ਇਹਨਾਂ ਦੀ ਏਜ ਹੈਗੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਅਜੇ ਅਸੀਂ ਡਿਟੇਲ ਚੈੱਕ ਕਰਾਂਗੇ ਪਰ 7-8 ਮਾਮਲੇ ਤਾਂ ਸਾਨੂੰ ਕਲੀਅਰ ਸਾਹਮਣੇ ਆਈ ਰਹੇ ਨੇ ਪ੍ਰੀਲਿਮਨਰੀ ਪੁੱਛਗਿੱਛ ਹੋਰ ਵੀ ਮਾਮਲੇ ਸਾਹਮਣੇ ਆ ਗਏ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਹੋਰ ਆਇਆ ਹੋਰ ਵੀ ਗੈਂਗ ਦੇ ਸਾਥੀ ਇਹਨਾਂ ਦੇ ਨਾਲ ਇਨਵੋਲਵ ਨੇ ਸਰ ਨਹੀਂ ਇਹ ਤਾਂ ਹੁਣ ਹਾਂਜੀ ਕੁਝ ਹੋਰ ਬੰਦੇ ਇਹਨਾਂ ਦੇ ਆਈਡੈਂਟੀਫਾਈ ਹੋਏ ਹਨ ਉਹਨਾਂ ਤੇ ਸਾਡੀਆਂ ਰੇਡਸ ਇਮੀਡੀਏਟਲੀ ਪਾਰਟੀ ਸਾਡੀਆਂ ਮੂਵ ਹੋ ਗਈਆਂ ਤੇ ਪਰ ਇਹ ਮੇਨ ਜਿਹੜੇ ਬੰਦੇ ਸੀਗੇ ਇਹੀ ਸੀ ਬਾਕੀ ਸਾਰੇ ਇਹਨਾਂ ਦੇ ਸਾਥੀ ਸਨ ਪਰ ਜਿਹੜੇ ਜਿਹੜੇ ਵੀ ਬੰਦੇ ਇਹਨਾਂ ਨਾਲ ਇਨਵੋਲਵ ਸੀ ਸਾਰਿਆਂ ਦੇ ਖਿਲਾਫ਼ ਕਾਰਵਾਈ ਕੀਤੀ ਠੀਕ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਹੋ ਰਿਹਾ ਕਿਹੜੀ ਗੱਡੀਆਂ ਕਿੱਥੇ ਲੁਕਾਉਂਦੇ ਸੀਗੇ ਕੁਝ ਇਸ ਤਰ੍ਹਾਂ ਦਾ ਨਹੀਂ ਇਹ ਤਾਂ ਸਾਰੀ ਹੁਣ ਡਿਟੇਲ 'ਚ ਪੁੱਛਗਿੱਛ ਚੀਜ਼ ਸਾਹਮਣੇ ਆਏਗੀ ਕਿਉਂਕਿ ਤੁਹਾਨੂੰ ਦੇਖ ਸਕਦੇ ਹੋ ਕਿ ਹੁਣੇ ਥੋੜੀ ਦੇਰ ਪਹਿਲਾਂ ਹੀ ਇੰਸੀਡੈਂਟ ਹੋਇਆ ਇਹ ਸਾਰੀ ਡਿਟੇਲ 'ਚ ਪੁੱਛਗਿੱਛ ਕੀਤੀ ਜਾਏਗੀ ਤੇ ਅੱਗੇ ਇਨਵੈਸਟੀਗੇਸ਼ਨ ਕਿਉਂਕਿ ਇਹ ਪੂਰਾ ਖਾਲੀ ਏਰੀਆ ਹੈ ਪਹਿਲਾਂ ਵੀ ਦੇਖਿਆ ਗਿਆ ਤੁਸੀਂ ਲਗਾਤਾਰ ਜਿਹੜੀ ਹੈਗੀ ਉਹ ਗ੍ਰਿਫਤਾਰੀ ਕੀਤੀ ਹੈ ਇਸੀ ਤਰ੍ਹਾਂ ਦੇ ਏਰੀਆ ਨੂੰ ਇਹ ਨਿਸ਼ਾਨਾ ਬਣਾਉਂਦੇ ਆ ਖਾਲੀ ਏਰੀਆ ਕਿਉਂਕਿ ਇਹ ਜਿਹੜੀ ਸਵਿਫਟ ਡਿਜ਼ਾਇਰ ਹੈ ਇਹ 28 ਨਵੰਬਰ ਨੂੰ ਸਨੈਚ ਕੀਤੀ ਸੀ ਗਨ ਪੁਆਇੰਟ ਤੇ ਇਹ ਉਹੀ ਹੈ ਲਾਂਡਰਾ ਰੋਡ ਤੇ ਇਸੇ ਥਾਂ ਬਿਲਕੁਲ ਤੇ ਸਰ ਇਹੀ ਥਾਂ ਤੇ ਕੋਈ ਪੈਟਰੋਲਿੰਗ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੀ ਨੂੰ ਲੈ ਕੇ ਲਗਾਤਾਰ ਨਹੀਂ ਰੈਗੂਲਰ ਜੀ ਬਿਲਕੁਲ ਸਾਡੀ ਜਿਹੜੀ ਪੈਟਰੋਲਿੰਗ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜਿਹੜੇ ਤਾਂ
ਜਿਹੜਾ ਸੁਨਸਾਨ ਏਰੀਆ ਉਹ ਵੀ ਜਿਹੜੇ ਹੈਗੇ ਕ੍ਰਿਮੀਨਲਸ ਦਾ ਗੜ੍ਹ ਬਣ ਜਾਂਦੇ ਹਨ ਤੇ ਪਲੱਸ ਜਿਹੜੇ ਕੰਜੈਸਟਡ ਏਰੀਆਜ਼ ਹੈਗੇ ਆ ਉਹ ਵੀ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਗੜ੍ਹ ਬਣ ਜਾਂਦੇ ਨੇ ਕਿਉਂਕਿ ਅਨੋਨਿਮਿਟੀ ਪ੍ਰੋਵਾਈਡ ਕਰਦੇ ਹਨ। ਤੇ ਅਸੀਂ ਪਿਛਲੇ ਇੱਕ ਡੇਢ ਸਾਲ 'ਚ ਬੜੀ ਮਿਹਨਤ ਨਾਲ ਕਾਫੀ ਜਿਹੜੇ ਇੱਥੇ ਸੋਰਸਿਸ ਵੀ ਬਣਾਏ ਨੇ ਤੇ ਲੋਕਾਂ ਨੂੰ ਵੀ ਬੜਾ ਮੋਟੀਵੇਟ ਕੀਤਾ ਤੇ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਤੇ ਜਿਹੜਾ ਸਾਨੂੰ ਰੈਗੂਲਰ ਇੱਥੋਂ ਪਬਲਿਕ ਦਾ ਵੀ ਸਾਥ ਮਿਲਦਾ ਰਹਿੰਦਾ ਹੈ।